ਇਹ ਸਾਡਾ ਇੱਥੇ ਹੀ ਸਜਣਾ ਆ ਕੇ ਬੰਗਲੇ ਚ ਕੀ ਦੇਖੋ ਵੀ ਬੱਕਰਾ ਸਨੀ ਨੂੰ ਤਾਂ ਬਰਫੀ ਮਿਲੀ ਸਨੀ ਨੂੰ ਬਰਫੀ ਦਾ ਡੱਬਾ ਮਿਲਿਆ ਸਰਦੀ ਨੂੰ ਪੀਲੀ ਜੈਕਟ ਮਿਲੀ ਚਮਕਣੀ ਆ ਲੋ ਵੀ ਸਾਡਾ ਬੱਕਰਾ ਬੱਕਰਾ ਆਉਣ ਥੋੜੀ ਲਿਆ ਮੈਂ ਦੱਸ ਦੂੰ ਦੇ 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 ਮੂੰਗਫਲੀ ਖਾਓਗੇ ਘੈਂਟ ਲੱਗਦੀ ਹੈ ਨਾ ਉਹਨੂੰ ਦੱਸ ਸੰਧੂਆਂ ਦੱਸ मशीन टूटर ना मार कर गए टूटर मार मार कर चल बस कर बैंक थोड़े पैसे कढ़ाने सी हुण असी जाके जाना वा स्टारगंज वड्डा लाता मिंट की अरे बहुत तेज चलदी आ भाई साहब ये बैंड ओ पता तैनूं पोर्टेबल वाली आ भी दो छुट्टियां रह गईं फिर इन्हें भी चंडीगढ़ जाना एक दो छुट्टियां रह गईं ए जॉब वाले दा हेडफोन करी जांदा बाकी चलो किसने परेशान किया क्या क्या हुआ बताओ किसने परेशान कर दिया जेहन क्या कहें बोल 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 तो सही बोलो तो सही अरे बोलो तुम बोलो क्या हो गया परेशान हो क्या दारू भी रखी है दारू तो पीती हुई है दारू तो पीती हुई है मैं तेन दस देना वो दारू पीती हुई है देख के पता लगता ये कुलारा आगे फार्म पड़ेगा हाँ हाँ क्या हो गया कुलारा के आगे ये मूंगफली खाओगे का तारे क्यों पकड़ रहा है तारे क्यों पकड़ रहा है कोई बात नहीं करंट आ रहा है करंट आया फेंके मार देगी तेरे को तेरे बच्चे हैं नहीं बच्चे हैं मेरे दो बच्चे हैं तो फिर क्यों मर रहा है तारे मत पकड़ियो इतनी दूर मारेगी झटके से जे मैं सोचना कि जे झटके वाली है जे करंट वाली जे छोड़ेगी नहीं हां जी हां मैं यार तारा का फ्री जंदा नमक भी चाहिए मूंगफली के साथ दे 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 तो आपकी इच्छा हो दे दे दो मुट्ठियां दे दे आप और ले आवा बस बाबूजी बस ले नमक ले 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 अब इससे पैक मारियो ठीक है पैक मार ले जा और बैठ आराम से और टेंशन जिंदगी में तो बहुत कुछ चलता है ठीक है टेंशन मत ले सब ठीक हो जाएगा जिंदगी तो कभी ऊपर कभी नीचे कभी सुख कभी दुख ठीक है ठीक ठीक बाबूजी जे पिएगा ले दे दे ले पी ले अरे जे पीने के लिए नशा है ना मजा आ जाएगा अरे नशा नहीं है वो खाली वो है दूध की तरह पीने वाला बढ़िया चीज है सेहत बनेगी ठीक है पी ले ठीक है नमस्कार बाबूजी नमस्कार जी नमस्कार लो भाई ऐसे यार एक बंदा वीडियो च आया पूरा यार हाथ लाइया मैं मर जाना इन्हें यार।
ਭਾਈ ਸਾਹਿਬ ਉਹ ਚੈੱਕ ਕਰਦਾ ਸੀ ਕਿ ਕਰੰਟ ਵਾਲੀਆਂ ਕਿਹੜੀਆਂ ਨੇ। ਚਲੋ ਹੁਣ ਅੱਗੇ ਮਿਲਦੇ ਆ ਤੇ ਆਪਾਂ ਚੱਲੇ ਸਤਾਰਗੰਜ। ਕੀ ਦੇਖਦਾ ਸੀ? ਮਿੰਟ ਮਾਰਦਾ ਕੀ ਦੇਖਦਾ ਸੀ? ਪ੍ਰਿੰਸ ਦੀ ਬੱਸ ਚੰਡੀਗੜ੍ਹੋਂ ਕਾਲ ਆ ਗਈ ਆ ਕਿ ਆ ਜਾ ਮੁੰਡਿਆ ਤੇਰੇ ਬਿਨਾ ਕੰਮ ਨਹੀਂ ਆ, ਚੱਲ ਜਾ ਆਫਿਸ ਚ। ਤੇ ਮੈਂ ਇਹਨੂੰ ਰੋਕਿਆ 2 ਦਿਨ, ਮੈਂ ਕਿਹਾ ਤੂੰ 2 ਦਿਨ ਵਧਾ ਲਾ ਬਈ ਛੁੱਟੀ, ਫਿਰ 2 ਦਿਨ ਮੇਰੇ ਇੱਥੇ ਕੰਮ 'ਚ ਸੈੱਟ ਹੋ ਜਾਣਗੇ, ਫਿਰ ਇਹ ਚੱਲਿਆ ਜਾਊ। ਕੱਲ੍ਹ ਨੂੰ ਅਸੀਂ ਜਾਣਾ ਰਿਸ਼ਤੇਦਾਰੀ 'ਚ, ਕੱਲ੍ਹ ਨੂੰ ਮੈਂ ਪ੍ਰਿੰਸ ਨੇ ਅਤੇ ਘਰਦਿਆਂ ਨੇ ਅਸੀਂ ਜਾਣਾ ਰਿਸ਼ਤੇਦਾਰੀ 'ਚ ਦੀਦੀ ਕੋਲ ਪੂਰਨਪੁਰ। ਅਤੇ ਕੱਲ੍ਹ ਦਾ ਦਿਨ ਆਏ, ਫਿਰ 2 ਕੁ ਦਿਨ ਆ, ਫਿਰ ਉਹ ਸਾਡੇ ਆਪਦੇ ਕੰਮ ਥਾਂ ਲੋਟ ਆਉਂਦੇ ਆ। ਇੱਕ ਆ ਸੀਸਾ ਪਵਾ ਦੀ, ਆ ਸੀਸੇ ਤਾਂ ਬਹੁਤ ਜਣੇ ਨੇ ਕਹਿੰਦਾ ਯਾਰ, ਊਂ ਤਾਂ ਕਹਿੰਦੇ ਗੱਡੀ ਘੈਂਟ ਬਣਾ ਦਿੱਤੀ ਤੁਸੀਂ ਮੁੰਡਿਓ, ਸੀਸਾ ਵੀ ਪਵਾ ਲਓ ਫਿਰ। ਬਾਕੀ ਚਲੋ ਹੁਣ ਦੇ ਅੱਜ ਜਿਹੜੇ ਜਿਹੜੇ ਕੰਮ ਕਰਦੇ ਆ ਤੁਹਾਨੂੰ ਵੀ ਨਾਲ ਨਾਲ ਦਿਖਾਉਂਦੇ ਆ। ਤੇ ਬਾਕੀ ਅੱਜ ਦੇਖਦੇ ਗੱਡੀ ਸਾਫ਼ ਕਰਾ ਲਈ ਅੰਦਰੋਂ ਨਾ, ਵੈਕਿਊਮ ਕਲੀਨਰ ਕਰਾ ਦਈਏ, ਵੈਕਿਊਮ ਕਰਾ ਦਈਏ। ਬਾਕੀ ਬਲੌਗ ਹੈ ਨਾ ਆਪਣੇ ਹੁਣ ਥੋੜ੍ਹੇ 10 ਵਜੇ ਤੋਂ ਲੇਟ ਆ ਰਹੇ ਆ, ਬਾਕੀ ਥੋੜ੍ਹੇ ਦੇ ਪਹੁੰਚਦਾ ਬਲੌਗ, ਯਾਨੀ ਕਿ ਆਊਗਾ ਜ਼ਰੂਰ, ਲੇਟ ਚਾਹੇ ਹੋ ਜੇ ਫਿਰ ਟਾਈਮ ਪਤਾ ਹੋ ਜੂਗਾ ਐਡਜਸਟ। ਰਾਤ ਨੂੰ ਨਾ 2 ਕੁ ਦਿਨ ਤੋਂ ਵਾਈਫਾਈ ਵੀ ਅਸੀਂ ਬਲੌਗ ਅਪਲੋਡ 'ਤੇ ਲਾਉਂਦੇ ਹਾਂ ਤਾਂ ਰਾਤ ਨੂੰ ਹੁੰਦਾ ਨਹੀਂ ਗਾ, ਉਹ ਅੱਧ 'ਚ ਜਾ ਕੇ ਅੜ ਜਾਂਦਾ, ਫਿਰ ਸਵੇਰੇ ਕਰਨਾ ਪੈਂਦਾ ਤਾਂ ਹੋ ਜਾਂਦਾ ਲੇਟ। ਠੀਕ ਹੈ ਨਾ, ਕੋਈ ਨਹੀਂ, ਟੈਨਸ਼ਨ ਨਾ ਲਓ, ਬਲੌਗ ਨਹੀਂ ਛੱਡਦੇ ਹੁਣ ਆਪਾਂ, ਜੇ ਆਈ ਰਿਹਾ ਤਾਂ ਅੱਗੇ ਜਾ ਕੇ ਫਿਰ ਆਪਾਂ ਯਾਰ ਜੇ ਬਾਲਾ ਵੀ ਲੱਗਿਆ ਵੀ ਯਾਰ ਆਪਣੇ ਤੋਂ ਪਾਏ ਨਹੀਂ ਜਾਂਦੇ, ਫਿਰ ਚੈਲੰਜ ਲੈ ਲੈਣਾ ਵੀ ਪਾਉਣੇ ਹੀ ਪਾਉਣੇ ਆ। ਪਹਿਲਾਂ ਮਹੀਨੇ ਦਾ ਲਵਾਂਗੇ ਵੀ ਬਲੌਗ ਮਿਸ ਨਹੀਂ ਕਰਨੇ, ਫਿਰ ਉਹਦੇ ਨਾਲ ਪਤਾ ਕੀ ਹੋਊਗਾ ਬੰਦੇ ਨੂੰ ਯਾਰ ਕਿ ਚੈਲੰਜ ਲਿਆ ਹੋਇਆ ਨਹੀਂ ਪਾਉਣਾ ਪਾਉਣਾ, ਪਹਿਲਾਂ ਮਹੀਨੇ ਦਾ ਲੈ ਕੇ ਦੇਖਾਂਗੇ ਨਾ। ਚੱਲ ਉਹ ਮੈਂ ਤਾਂ ਕਹਿੰਦਾ ਜਦੋਂ ਪ੍ਰੈਂਚ ਲੈ ਗਿਆ ਨਾ ਉਦੋਂ ਮੇਰੇ ਤੋਂ ਕੌਲ ਹੋ ਜਾਂਦੀ ਹੈ ਯਾਰ, ਪਰ ਐਰ ਕੀ ਨਹੀਂ ਕਰਨੀ, ਨਹੀਂ ਤਾਂ ਦੇਖ ਲੈ ਜਦ ਤੱਕ ਮੈਂ ਇੱਥੇ ਹੁੰਦਾ। ਸਟਾਰਟਿੰਗ 'ਚ ਕੰਮ ਸਟਾਰਟ ਕੀਤਾ ਸੀ ਜਦੋਂ, ਉਦੋਂ ਵੀ 7 ਦਿਨ ਰਹਿ ਗਏ ਸੀ ਮੇਰੇ ਜਾਣ ਦੇ, ਉਦੋਂ ਆਪਾਂ ਚੈਨਲ ਬਣਾਇਆ ਸੀਗਾ, 7 ਬਲੌਗ ਲਗਾਤਾਰ ਆਏ, ਪਰ ਆਇਆ ਸਹੀ ਗੱਲ ਹੈ, ਦੀਵਾਲੀ 'ਚ ਆਇਆ ਮੈਂ, ਫਿਰ 3 ਬਲੌਗ ਲਗਾਤਾਰ ਆਏ, ਵਾਹਿਗੁਰੂ ਮੇਰੇ। ਤੇ ਪਰ ਮੈਂ 10 ਦਿਨਾਂ ਤੋਂ ਆਇਆ, 10ਵਾਂ ਬਲੌਗ ਹੋ ਚੁੱਕਿਆ, 11ਵਾਂ ਸ਼ੂਟ ਕਰ ਰਹੇ ਹਾਂ। ਤੇ ਬਾਕੀ ਨਾਲੇ ਆਏ ਵੀ ਨਾ ਇਕੱਲਾ ਬੰਦਾ ਥੋੜ੍ਹਾ, ਮੈਂ ਕਰ ਜਾਂਦਾ ਕੌਲ ਹੈ ਨਾ ਘਰੇ ਨਿਆਣਿਆਂ 'ਚ ਜਾਂ ਜਿਵੇਂ ਵੀ ਆ ਵੀ ਅੱਜ ਦੀ ਕੱਲ੍ਹ ਨੂੰ ਗੱਲ, ਪਰ ਹੁਣ ਨਹੀਂ ਕਰਨੀ, ਹੁਣ ਪਹਿਲਾਂ ਬਲੌਗ ਕੰਮ ਵੀ ਨਾਲ ਦੀ ਨਾਲ ਬਲੌਗ ਵੀ, ਹੁਣ ਇੱਕ ਅੱਧਾ ਬੰਦਾ ਦੇਖਦਾ ਮੈਂ ਜਿਹੜਾ ਨਾਲ, ਹਾਂ ਨਾਲ ਜਿਵੇਂ ਫੋਨ ਪਾਣ, ਚੱਲ ਵੈਸੇ ਯਾਰ ਉਹ ਤਾਂ ਮਿਲ ਹੀ ਜਾਂਦਾ ਬੰਦਾ ਹੈਗੇ, ਅੰਚੂਣੀ ਆ ਜਾਂਦੇ, ਪਰ ਟਾਈਮ ਨਾਲ ਇਹ ਲੇਟ ਹੁੰਦੇ ਯਾਰ ਇੰਸਟੀਟਿਊਟ ਤੋਂ, ਨਹੀਂ ਤਾਂ ਜਿਵੇਂ ਰੀਲਾਂ ਬਣਾਉਣੀਆਂ ਜਾਂ ਸ਼ਾਮ ਨੂੰ ਤਾਂ ਚੱਲ, ਹੁਣ ਵੈਸੇ ਐਂ ਸ਼ਡਿਊਲ ਬਣਾ ਲੈਣਾ ਇੱਕ ਕਿ ਆਹ ਟਾਈਮ 'ਤੇ ਆਹ ਕੰਮ ਕਰਨਾ। ਠੀਕ ਹੈ ਨਾ, ਚਲੋ ਹੁਣ ਮਿਲਦੇ ਹਾਂ ਜਾ ਕੇ 17 ਵਜੇ। ਅਸੀਂ ਆਏ ਸੀ ਅਮਰੀਏ, ਅਮਰੀਏ 'ਚ ਸਾਨੂੰ ਥੋੜ੍ਹਾ ਕੰਮ ਆ, ਚੱਲਿਆ ਵਾਪਸ ਸਤਾਰਗੰਜ। ਅਮਰੀਏ ਥੋੜ੍ਹਾ ਕੰਮ ਸੀਗਾ ਆਪਾਂ ਨੂੰ, ਕੀ ਕਹਿੰਦੇ ਆ ਉਹ ਵੀ ਦੱਸਾਂਗੇ ਅਸੀਂ ਆਉਣ ਵਾਲੇ ਟਾਈਮ। ਠੀਕ ਹੈ ਨਾ, ਉਹ ਵੀ ਕਿਉਂ ਖਿੜਕੀ ਖੋਲਤੀ, ਤੁਹਾਨੂੰ ਕੀ ਖਿੜਕੀ ਖੋਲਤੀ, ਤੇਰੀ ਆਪੇ ਕਿਵੇਂ ਖੋਲ ਗਿਆ, ਖੁੱਲ ਗਈ ਸੀ, ਮੈਂ ਜਾਦੂ ਹੋ ਗਿਆ, ਮੈਜਿਕ ਹੋ ਗਿਆ। ਘਬਰਾਟ ਹੁੰਦੀ ਆ,
ਤੇਰੀ ਨਾ ਕਿਨੇ ਮਾਰਤਾ ਗੱਡੀ ਚ ਉਹਨੇ ਨਾ ਹਾਂ ਇਹ ਵੀ ਛੱਡਿਆ ਯਾਰ ਕਿੱਥੇ ਬੈਠੇ ਹੋ ਹਾਂ ਇਹ ਸਾਰੇ ਉਹਦੇ ਲੱਛਣ ਆ ਘਬਰਾਹਟ ਦੇ ਠੀਕ ਆ ਨਾ ਇਹ ਵੀ ਇੱਕ ਹੈਗਾ ਸਰਪ੍ਰਾਈਜ਼ ਹੀ ਆ ਦੱਸਾਂਗੇ ਆਉਣ ਵਾਲੇ ਟਾਈਮ ਜੇ ਵੀ ਕੋਈ ਕਰਦੇ ਫਿਰਦੇ ਆ ਸੀ ਪਰ ਇਹ ਵੱਡਾ ਤਾਂ ਜਾਮ ਕਰਦੇ ਪਏ ਵੱਡਾ ਤਾਂ ਮਾ ਜਾਮਾ ਆਉਣ ਵਾਲੇ ਟਾਈਮ ਚ ਬਲਾਸਟ ਰਸ਼ਤ ਤਾਂ ਸਿਰਫ ਇੱਕ ਟ੍ਰੇਲਰ ਵੀ ਨਹੀਂ ਹਾਂ ਇਹਦਾ ਸਿਰਫ ਅਜੇ ਪੋਸਟਰ ਆ ਜੇ ਆ ਵੀ ਨਾਲੇ ਘਰਦਿਆਂ ਦੀ ਸਪੋਰਟ ਨਹੀਂ ਸਾਡੀ ਆਪਦਾ ਹੀ ਕੰਮ ਆ ਕਿਉਂਕਿ ਆਪਦੀ ਮਿਹਨਤ ਨਾਲ ਹੀ ਕਰਾਂਗੇ ਜੋ ਕਰਾਂਗੇ ਬਾਕੀ ਜੇ ਲੋੜ ਪਈ ਤਾਂ ਘਰਦਿਆਂ ਦੀ ਸਪੋਰਟ ਲਵਾਂਗੇ ਨਹੀਂ ਤਾਂ ਆਪਦੀ ਮਿਹਨਤ ਨਾਲ ਕਰਾਂਗੇ ਜਿਹੜੇ ਗੱਲਾਂ ਕਰਦੇ ਨਾ ਇਹਦਾ ਬਿੱਲੜਾ ਇਹ ਤਾਂ ਬਸ ਇੱਥੋਂ ਜੁਗ ਹੀ ਆ ਚੱਲ ਵਾਹਿਗੁਰੂ ਚੱਲ ਆਪਾਂ ਯਾਰ ਕਹਿੰਦੇ ਨਹੀਂ ਹੈ ਨਾ ਅਸੀਂ ਤਾਂ ਵਾਕਈ ਨਹੀਂ ਕੁਛ ਕਰ ਸਕਦੇ ਐਂ ਰੱਖਾਂਗੇ ਵੀ ਨਹੀਂ ਕੁਛ ਕਰ ਸਕਦੇ ਫਿਰ ਹੀ ਸਹੀ ਚੱਲਦਾ ਕੰਮ ਜੇ ਕਹਿੰਦਾ ਨਾ ਲੋ ਅਸੀਂ ਤਾਂ ਸਾਰਾ ਕੁਛ ਕਰਨਾ ਫਿਰ ਨਹੀਂ ਯਾਰ ਤਿੰਨ ਦਿਨ ਹੋ ਗਏ ਦਿਮਾਗ ਬੰਨਿਆ ਪਿਆ ਮੇਰਾ ਬੰਨ ਤਾਂ ਦਿਮਾਗ ਕਿਸੇ ਨੇ ਚੱਕਰ ਖਾਂ ਵੀ ਨਹੀਂ ਲੋਟ ਆਇਆ ਹੋਊਗਾ ਹੋਊਗਾ ਅਤੇ ਬਾਕੀ ਕੋਈ ਨਹੀਂ ਬਾਬੇ ਨੇ ਇੱਕ ਵਾਰ ਬਾਂਹ ਫੜ ਲਈ ਫੇਰ ਤਾਂ ਨੀ ਪਿੱਛੇ ਹਟਦੇ ਹੈਨਾ ਬਾਕੀ ਸਭ ਕਰਨ ਕਰਾਉਣ ਵਾਲਾ ਬਾਬਾ ਹੀ ਆ ਤੇ ਹੌਲੀ ਹੌਲੀ ਬਸ ਮਿਹਨਤ ਜਾਰੀ ਆ ਇਹਦਾ ਯਾਰ ਹੁਣ ਦੇਖੋ ਤੁਸੀਂ ਆਪ ਹੀ ਸਮਝ ਹਿਸਾਬ ਲਾ ਲਓ ਇਹ ਚੀਜ਼ਾਂ ਨੂੰ ਲੱਗਦਾ ਹੁੰਦਾ ਟਾਈਮ 2-3 ਸਾਲ 4 ਸਾਲ ਵੀ ਹਾਂ ਇਹ ਸੋਚਿਆ ਵੀ ਜੇ ਅਸੀਂ ਆਈ ਲੱਗੇ ਰਹੇ ਹੈ ਨਾ 3 ਸਾਲ ਚੱਕ 4 ਸਾਲ ਫਿਰ ਬਈ ਕੁਛ ਨਾ ਕੁਛ ਜੀ ਬਣਾ ਬਈ ਚਲੋ ਕਰਾਂਗੇ ਆਈ ਨਹੀਂ ਕਹਿੰਦੇ ਹੈ ਨਾ ਬਈ ਥੋੜ੍ਹਾ ਬਹੁਤ ਆਪਦਾ ਸੈੱਟ ਕਰ ਲਾਂਗੇ ਘਰਦਿਆਂ ਤੋਂ ਕੋਈ ਇੰਨੇ ਕਹਿਣ ਜੋਗੇ ਤਾਂ ਨਾ ਹੋਣਗੇ ਬਈ ਇਹ ਕੁਛ ਕਰਦੇ ਨਹੀਂ ਗੇ ਥੋੜ੍ਹਾ ਬਹੁਤ ਆਪਦੇ ਹੈ ਨਾ ਪੂਰਾ ਆਪਦੇ ਪੈਰਾਂ 'ਤੇ ਸਟੈਂਡ ਕਰ ਜਾਂਗੇ ਹੋਰ ਕੀ ਇਹੀ ਆ ਸਕਦਾ ਹੋਰ ਐਂ ਤਾਂ ਹੈ ਨਹੀਂ ਵੀ ਬਹੁਤ ਵੱਡੇ ਬਣ ਜਾਂਗੇ ਅਤੇ ਚਲੋ ਬਾਕੀ ਹੁਣ ਤੁਹਾਨੂੰ 17 ਗੰਜ ਚੱਲ ਕੇ ਮਿਲਦੇ ਹਾਂ ਬਹੁਤ ਹੋ ਗਈਆਂ ਗੱਲਾਂ ਲੋ ਬਈ ਅਸੀਂ ਆ ਗਏ ਇੱਥੇ ਮੰਡੀ 'ਚ ਅਮਰੀ ਆਏ ਸੀ ਇੱਥੇ ਮੈਂ ਰੁਕ ਗਿਆ ਮੈਂ ਕਿਹਾ ਇੱਥੇ ਥੋੜੀਆਂ ਰੀਲਾਂ ਰੂਲਾਂ ਇੱਥੇ ਬਣਾ ਲਈਏ ਬਾਕੀ ਇੱਧਰ ਦੇਖ ਘੈਂਟ ਲੱਗਦੀ ਹੈ ਨਾ ਯਾਰ ਇੱਕ ਸੀਸਾ ਲਵਾ ਲਈਏ ਸੀਸਾ ਨਹੀਂ ਘੈਂਟ ਲੱਗਦਾ ਹੋਰ ਤਾਂ ਸਾਰੀ ਗੱਲ ਠੀਕ ਆ ਹੈ ਨਾ ਸੀਸਾ ਨਹੀਂ ਬਸ ਇੱਕ ਘੈਂਟ ਲੱਗਦਾ ਜਿੰਨੇ ਜਣੇ ਟੋਕਿਆ ਸੀਸੇ ਨੂੰ ਟੋਕਿਆ ਵੀ ਸੀਸਾ ਨਹੀਂ ਵਧੀਆ ਲੱਗਦਾ ਹੈ ਨਾ ਸੀਸਾ ਪਾਉਂਦੇ ਹਾਂ ਜਾ ਕੇ ਕੀ ਮੰਗਾਉਂਦੇ ਹਾਂ ਨਾ ਪਿਛਲੀਆਂ ਲਾਈਟਾਂ ਪਾਵਾਂਗੇ ਆਹ ਵੀ ਟੁੱਟੀ ਪਈ ਆ ਲਾਈਟ ਜੀ ਨਾਲ ਹੀ ਨਾ ਜਿਹੜੀ ਆਹ ਵੀ ਪਾਉਂਦੇ ਹਾਂ ਇਹ ਤਾਂ ਯਾਰ ਸਾਰੀਆਂ ਹੀ ਪਾਉਣੀਆਂ ਵਾ ਉਹਦੇ ਨਾਲ ਗੱਲ ਕੀਤੀ ਹੋਈ ਆ DRL ਜਿਹੜੀਆਂ ਹੁੰਦੀਆਂ ਘੁੰਮਣ ਵਾਲੀਆਂ ਬਾਕੀ ਪਿੱਛੋਂ ਤਾਂ ਘੈਂਟ ਲੱਗਦਾ ਕੰਮ ਥੋੜ੍ਹੀ ਨਾ ਟਾਇਰਾਂ 'ਤੇ ਉਹ ਮਰਵਾਈਏ ਟਾਇਰਾਂ 'ਤੇ ਨਾ ਥੋੜ੍ਹੀ ਪੋਲਿਸ਼ ਮਰਵਾਉਣ ਵਾਲੀ ਆ ਜਾਂ ਉਹ ਕਰਾਉਂਦੇ ਹਾਂ ਨੇਤ ਨਿਕਲ ਜਾਲੀ ਨਹੀਂ ਹੁੰਦੀ ਵਾਲੀ ਇਹਦੇ ਨਾਲ ਹੋਰ ਜਿਹੜੇ ਚਮਕਣ ਜਿਹੇ ਲੱਗ ਜਾਣ ਅਤੇ ਕਾਹ ਹਟਵਾਈਏ ਗ੍ਰੀਨ ਹੈ ਨਾ ਵਧੀਆ ਨਹੀਂ ਲੱਗਦਾ ਕਿਸੇ ਨੇ ਕਹਿੰਦਾ ਬਲੈਕ ਕਰਾਉਂਦੇ ਹਾਂ ਅਤੇ ਉੱਦਾਂ ਹੀ ਲਾਈਟਾਂ ਲੂਟਾਂ ਹੁਣ ਨਾ ਲਾਈਟਾਂ ਦਾ ਕੰਮ ਮੈਂ ਅੱਜ ਤਾਂ ਨਹੀਂ ਸ਼ੁਰੂ ਕਰਦਾ ਮੈਂ ਕਿਹਾ ਅਜੇ ਨਾ ਹੁਣ ਅੱਜ ਵੀ ਸਾਨੂੰ ਥੋੜ੍ਹਾ ਕੰਮ ਸੀਗਾ ਹੈ ਨਾ ਜਿਵੇਂ ਤੁਹਾਨੂੰ ਪਤਾ ਇੱਥੇ ਅਮਰੀ ਤਹਿਸੀਲ 'ਚ ਗਏ ਸੀ ਉਹ ਵੀ ਆਪਣਾ ਚਲੋ ਅੱਗੇ ਦੱਸ ਖੇਡਿਆ ਅਤੇ ਬਾਕੀ ਲਾਈਟਾਂ ਹੁਣ ਤਾਂ ਹੀ ਆ ਉੱਦਾਂ ਇੱਕ ਕਰਾਵਾਂਗੇ ਜਿੱਦਾਂ ਕੀ ਕਹਿੰਦੇ ਇਹਦਾ ਟਾਇਰ ਖਿਲਾਏ ਉੱਦਾਂ ਮੇਰਾ ਇਰਾਦਾ ਲਾਈਟਾਂ ਪਵਾ ਦਈਏ ਅਤੇ ਬਾਕੀ ਉੱਦਾਂ ਹੀ ਕਾਲੇ ਕਰਾਵਾਂਗੇ ਰਿਮ ਉਹ ਰਿਮ ਕਹਿੰਦਾ ਹੱਬਾਂ ਅਤੇ ਉੱਦਾਂ ਹੀ ਲਾਈਟਾਂ ਲਵਾਵਾਂਗੇ ਠੀਕ ਆ ਨਾ ਤਾਂ ਹੀ ਵਾਰ ਵਾਰ ਟਾਇਰ ਨਹੀਂ ਮੈਂ ਖਲਾਉਂਦਾ ਅਤੇ ਬਾਕੀ ਹੁਣ ਕੱਲ੍ਹ ਨੂੰ ਵੀ ਆਉਣਾ ਬੀਜੀ ਅਸੀਂ ਕੱਲ੍ਹ ਨੂੰ ਰਿਸ਼ਤੇਦਾਰੀ ਜਾਣਾ ਤੁਹਾਨੂੰ ਬਲੌਗ ਦੇਖਣ ਨੂੰ ਮਿਲ ਹੀ ਜਾਣਾ ਅਤੇ ਬਾਕੀ ਫਿਰ ਉਹਦੇ ਬਾਅਦ 2 ਛੁੱਟੀਆਂ ਰਹਿ ਜਾਣੀਆਂ ਆਪਣੀਆਂ ਸੈਟਰਡੇ ਅਤੇ ਕੱਲ੍ਹ ਨੂੰ ਆ ਫਰਾਈਡੇ ਸੈਟਰਡੇ ਅਤੇ ਸੰਡੇ ਦੀਆਂ ਉਹ ਅਸੀਂ ਪੂਰਾ ਫਿਰ ਉਹਨਾਂ 'ਚ ਕਰਾਉਂਦੇ ਹਾਂ ਅਸੀਂ ਲਾਈਟਾਂ ਵਾਲਾ ਕੰਮ ਠੀਕ ਆ ਨਾ ਲਾਈਟਿੰਗ ਵਾਲਾ ਪੂਰਾ ਅਗਲੀਆਂ ਪਿਛਲੀਆਂ ਪ੍ਰੋਜੈਕਟਰ ਪ੍ਰੋਜੈਕਟਰ ਸਾਰੇ ਠੀਕ ਆ ਨਾ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਕੀ ਹੁਣ ਚੱਲੇ ਅਸੀਂ ਮਾਰਕੀਟ ਦੇਖਦੇ ਹਾਂ ਕੋ ਖਾ ਪੀ ਲੈਂਦੇ ਹਾਂ ਚਲੋ ਚਲੋ ਬੜਾ ਤੁਹਾਨੂੰ 17 ਗੰਜ ਚੱਲ ਕੇ ਅੱਗੇ ਮਿਲਦੇ ਹਾਂ ਚੱਲ ਬਈ ਫਿਰ
ਮਾਰ ਚੱਲ ਲੋ ਬਈ ਆ ਗਿਆ ਐਸ ਨੂੰ ਛੱਡਣ ਐਸ ਨੇ ਬਣਾ ਲਈ ਚਾਹ ਐਸ ਨੇ ਬਣਵਾ ਲਈ ਚਾਹ ਬਣਾ ਲਈ ਚਾਹ ਹਾਂ ਇੱਥੇ ਤਾਂ ਕਿੰਨੇ ਮਹੀਨੇ ਪਹਿਲਾਂ ਵੀ ਵਲੌਗ ਸ਼ੂਟ ਕੀਤਾ ਕਿੰਨੇ ਮਹੀਨੇ ਹੋ ਗਏ ਯਾਰ 6 ਮਹੀਨੇ ਨਹੀਂ ਨਹੀਂ 6 ਮਹੀਨੇ ਨਹੀਂ 4-5 ਮਹੀਨੇ ਪਾਗਲ ਹੋ ਗਏ ਯਾਰ 2-3 ਮਹੀਨੇ ਜੇ ਆਪਣੇ ਹੋਏ ਸੀ ਉਦੋਂ ਤਿੰਨ ਕੁਸੋ ਚੱਲ 2-3 ਮਹੀਨੇ ਪਹਿਲਾਂ ਵੀ ਅੱਜ ਇੱਥੇ ਇਸ ਜਗ੍ਹਾ 'ਤੇ ਬਹਿ ਕੇ ਵਲੌਗ ਪਾਇਆ ਜਦੋਂ ਇੱਕ ਪ੍ਰਮੋਸ਼ਨ ਜੀ ਕਰਾਈ ਸੀ ਮਾੜੀ ਛੋਟੀ ਜੀ ਅਤੇ ਇਹਨੂੰ ਛੱਡਣਾ ਇਹ ਚਾਹ ਪੀਣ ਲੱਗ ਗਿਆ ਨਹੀਂ ਇਸ ਨੂੰ ਅੱਜ ਵੀ ਰੋਕ ਲੈਣਾ ਸੀ ਯਾਰ ਪਰ ਫਿਰ ਜਾਣਾ ਹੈ ਨਾ ਆਈਲੈਟ ਸਵੇਰੇ ਜ਼ਿਆਦਾ ਕਿੰਨੇ 6 ਵਜੇ 10 ਵਜੇ ਉਹ ਤਾਂ ਹਾਂ ਪਰ ਮੈਂ ਵੀ ਮੈਂ ਕਿਹਾ ਸਕੂਲ ਦੇ ਸਾਹਮਣੇ ਆਹ ਜਿਹੜੇ ਨਵਾਬ ਆ ਇਹ ਨਹੀਂ ਜਾਂਦੇ ਇਹ ਤਾਂ ਕਿਤੇ ਵੀ ਨਹੀਂ ਜਾਂਦੇ ਯਾਰ ਅੱਜ ਤਾਂ ਮਸ਼ਹੂਰ ਹੋ ਗਿਆ ਬਾਈ ਹੈਂ ਅੱਜ ਤਾਂ ਮਸ਼ਹੂਰ ਹੋਇਆ ਬੈਸਟ ਹਾਂ ਯਾਰ ਸਾਰੀ ਜਗ੍ਹਾ ਪੜਦਾ ਤੇ ਮੇਰੇ ਪੜਾਈ ਹੋ ਗਈ ਹੁਣ ਪੇਪਰ ਪਾ ਦੇਣਾ ਮੈਂ ਕੱਲ ਪਰਸੋਂ ਬਸ ਯਾਰ ਕੱਲ ਪਰਸੋਂ ਦੀ ਦੇਖ ਲੈਨੇ ਆ ਨਾ ਬਲੌਗ ਆ ਕੱਲ ਪਰਸੋਂ ਦਾ ਬਲੌਗ ਮੇਰੇ ਪੇਪਰ ਤੇ ਹਾਂ ਓਕੇ ਹੋ ਗਿਆ ਤਾਂ ਦੇਖ ਲਾ ਮੈਨੂੰ ਕਹਿਣ ਤੇ ਮਜਬੂਰ ਨਾ ਕਰ ਮੈਂ ਚੱਲ ਠੀਕ ਆ ਚੱਲ ਉਹ ਛੱਡ ਤੂੰ ਉਹ ਬਾਅਦ ਦੀ ਗੱਲਾਂ ਹੁਣ ਦੇਖ ਹੁਣ ਜਿਹੜਾ ਕਰ ਰਿਹਾ ਉਹ ਕਿੰਨੇ ਦਿਨਾਂ ਕਰਕੇ ਦਿਖਾਏਗਾ ਹਜੇ ਹੋਰ ਇੱਧਰ ਲਿਆ ਪੂਰਾ ਸੈੱਟ ਦਿੰਦੇ ਆ ਫਿਰ ਥੰਬਨੇਲ ਪਾਵਾਂਗੇ ਓ ਮਾਈ ਗੋਡ ਕ੍ਰੈਸ਼ ਆ ਚੱਲ ਯਾਰ ਤੂੰ ਟੁੱਟ ਜਾਣਾ ਇੱਥੇ ਤਾਂ ਭੈਣ ਲੋ ਪ੍ਰੋਫਾਈਲ ਜਾ ਬਾਜ ਆਜੂ ਵੱਡਾ ਸਿਆਣਾ ਬਾਜ ਆਜੂ ਚੱਲ 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 ਐਸ ਕੇ ਤਾਂ ਜਗ੍ਹਾ ਹੈ ਨੀ ਐਸ ਦਾ ਘਰ ਲੋਕੇਸ਼ਨ ਦਿਖਾ ਦੀ ਐਸ ਦੀ ਬਸ ਥੋੜ੍ਹੀ ਅੱਗੇ ਲੈ ਵੈਸੇ ਗੱਲ ਤਾਂ ਇੱਥੇ ਲੈ ਲਈ ਥੋੜ੍ਹੀ ਪਰਲੇ ਖਾਨੇ 'ਚ ਲੈਣੀ ਸੀ ਚੱਲ ਉਹ ਖਾਨੇ 'ਚ ਹੋਰ ਅੱਗੇ ਜਾਣੀ ਚੱਲ ਚੱਲ ਲੈ ਮੁੜ ਜਾਣੀ ਹੁਣ ਲੋ ਵੀ ਗੱਡੀ ਬੈਕ ਕਰਾਉਂਦੇ ਚੱਲ 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 ਹੁਣ ਥੋੜ੍ਹੀ ਲਿਆ ਮੈਂ ਦੱਸ ਦੂੰ ਉਹ ਮੈਂ ਦੱਸ ਦੂੰ ਇਹਨੂੰ ਜਾਣਤਾ ਹੁਣ ਚੱਲਿਆ ਘਰੇ ਥੋੜ੍ਹਾ ਅੱਜ ਨਾ ਦੇਖਦੇ ਹਾਂ ਚਿਕਨ ਚੁਕਨ ਬਣਾਉਂਦੇ ਹਾਂ ਬੜੇ ਦਿਨ ਹੋ ਗਏ ਜਿੱਦੇ ਦਾ ਪ੍ਰਿੰਸ ਆਇਆ ਕੋਈ ਨਹੀਂ ਬਣਾਇਆ ਬੜਾ ਚਿਕਨ ਚੁਕਨ ਉਹ ਦੇਖਦੇ ਬੱਕਰਾ ਬੁੱਕਰਾ ਲੈ ਕੇ ਜਾਂਦੇ ਹਾਂ ਕੋਈ ਨਹੀਂ ਪੇੜ ਹੀ ਆ ਹੁਣ ਇੱਕ ਵਾਰ ਮੋੜ ਹੀ ਲੈ ਮੋੜ ਤਾਂ ਓਏ ਨਹੀਂ ਨਹੀਂ ਬੈਗ ਲੈ ਇੱਕ ਵਾਰ ਇਹ ਆ ਬੱਕਰਾ ਬੁੱਕਰਾ ਲੈ ਕੇ ਜਾਂਦੇ ਕਹਿੰਦੇ ਜਿੱਦਣ ਦਾ ਨਾ ਪ੍ਰਿੰਸ ਆਇਆ ਉਹਦੇ ਦਾ ਆ ਚਿਕਨ ਚੁਕਨ ਬਣਾਉਂਦੇ ਹਾਂ ਉਹ ਕਹਿੰਦਾ ਮੈਨੂੰ ਜ਼ੁਕਾਮ ਜਿਹਾ ਹੋਇਆ ਨਾਲੇ ਅਤੇ ਵਾਲਾ ਵਾਲਾ ਹੀ ਵਾਲਾ ਹੀ ਆਪਣੇ ਬਹੁਤ ਮੋਟੇ ਟਾਇਰ ਆ ਨਾ ਜਿਹੜੇ ਬਹੁਤ ਮੋਟੇ ਟਾਇਰ ਹੈ ਵੱਧ ਸੈਕਿੰਡ ਹੈਂਡ ਆਏ ਅਤੇ ਚਲੋ ਬਾਕੀ ਐਸ ਨੂੰ ਛੱਡਦਾ ਘਰੇ ਚੱਲ ਠੀਕ ਹੈ ਐਸ ਲਓ ਵੇ ਮਿੱਤਰੋ ਆ ਗਏ ਬੈਸਟੇ ਹੁਣ ਦਿਖਾਏ ਤੈਨੂੰ ਹਰੇ ਹਰੇ ਕਿੱਥੇ ਆ ਗਏ ਦੇਖੀ 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 ਆਵਾਜ਼ ਕਰੋ ਬਾਬਾ ਜੀ ਮਿਹਰ ਕਰਿਓ ਬੇਕਾਰ ਨੀ ਹੈ ਖਤਰਨਾਕ ਘੈਂਟ ਆ ਡਰਾਈਵਰੀ ਪਰ ਇੱਧਰ ਵਾਲੇ ਬੰਦੇ ਨੂੰ ਡਰ ਲੱਗਦਾ ਨਾ ਕੋਈ ਵੀ ਬਹਿ ਜੇ ਚਾਹੇ ਕੰਡਕਟਰ ਸਾਈਡ ਇਹ ਪੱਕੀ ਗੱਲ ਆ ਮੈਂ ਤਾਂ ਆਪਦੇ ਪੈਰਾਂ ਨਾਲ ਬ੍ਰੇਕ ਮਾਰੀ ਜਾਣਾ ਦਿਖਾਵਾਂ ਤੈਨੂੰ ਚੰਗਾ ਫੋਨ ਚ ਦਿਖਾ ਦੂੰਗਾ
जिवें चलाई दी आ देख मनु नी दिखी थी पर मनु नी दिखी तन्नू तो दिखी मनु ना दिखी जिहड़ी आ गन्ने दी पत्ती नहीं चक के लेके जांदे जिम करके आउंदा यार ठंड ही शुरू होई सी ते मैं भी आवां केटीएम ते ट्रैक्टर दे इक लिया मेरे आले पासे दी जिवें मैं घर नूं आउंना सपोज कर आए कर भाई मझोलों ला ला आए भाई आए आए जाना इधर वाली लाइट मैनूं देगी मैं ठीक आ मैं तां आपदे हिसाब नाल उहदे नाल लाइट दे आए कढ लिया मैनूं नहीं पता सी पिछे इन्नी पत्ती लद्दी आ उह कित्थे तक कवर करदी आ तैनूं ऐ लग्गिया वी मोटरसाइकल ही आ बस मैं जो आई ट्राली मैं देखा भाई इन्नी तेज कट मारिया उदे हो सकता मैं पत्ती के बिच बढ़ जाता भाई मैं बजो कट मार के साइड मेरा दिल मैनू धड़ धड़ करता जी मैं यार यार मैं यार की यार कह जे बंदे सिंगल है एडी एडी पत्ती मैं यार मैं इन्नी गड्डी नहीं भजानी चाहिए तेन सही दसा तेन सलाह दिता सलाह दे गप पा ली बस आ गई साडे पिंड दी चौंकी दिखावा तैनूं चौंकी रौनक देख साडे पिंड दी चौंकी ते जन सेवा केंद्र नितिन कि जन सेवा केंद्र आला ना जेड़ा अपना पटाके लेके आने पार थले परना उत्ते मफरल फिर परना फिर उत्ते मफरल साइड थले अंदर बकरा चल रहा पटाके तैयारी बकरा केड़े वेले खावांगे इधर आ खाना हुंदा महीने च एक बार रौला किन्ना पांदे बकरा बकरा इहनूं कहिंदे यार ओही इथे गल आ इही तां हुंदा हैना मिल के खाण दा हैना आपां थोड़ी वी कल्ले नाले खाणा एक बार जां महीने दसां दो महीने घरे लिया के पाइया बना के खा जांदे आ इथे यार आए जिन्ना चिर असीं साडी आदत आ जिन्ना चिर सारे मिल के नहीं बह खांदे यार उदों मजा नहीं आउंदा यार ना कल्ले इहो जी चीज बनाईए आ जाणो तां यार कट तेरे को बड़ा हरामी यार ए जे करन लग गए ना जे ए बंदे की गड्डी साला गड्डियां वधू आ पर ए वेले ए हो जांदा की बंदा सोचदा यार किधर गड्डी कढ़ा मैं भी होवां तां मैं भी होवां मैं भी सोचूंगा कि मोटरसाइकिल ते काम सार लिए इत्थे ताईं 8 किलोमीटर जाना गलत है ही है ना बंदा कहंदा यार सार लिए पर नाले हुण है नहीं किते सारेयां कोल इहदे कोल भी दो तीन गड्डियां सारेयां दे घरे आ पर इह जी गल आ बंदा इह वेले पता की सोचदा कि यार इत्थे जाना गड्डी कढ़ांगे नाले घर दे कहणगे वी किधर तो टाइम ना नहीं कम हुंदे
ਸਾਰਿਆਂ ਦੀ ਘਰਾਂ 'ਚ ਇਹ ਦਿੱਕਤ ਆ, ਮੇਰੇ ਵੀ, ਮੈਂ ਵੀ ਜਾਊਂ, ਮੇਰੇ ਵੀ ਕਹਿੰਦੇ, ਪਰ ਐਂ ਫਿਰ ਬੰਦਾ ਕਹਿੰਦਾ ਮੋਟਰਸਾਈਕਲ 'ਤੇ ਉਦੋਂ, ਪਰ ਮੋਟਰਸਾਈਕਲ 'ਤੇ ਕੰਮ ਬਾਈ ਛੇਤੀ ਹੁੰਦਾ, ਮੋਟਰਸਾਈਕਲ ਯਾਰ 15 ਮਿੰਟ 'ਚ ਮੁੜਿਆ, ਹਾਂ ਗੱਡੀ ਕੱਢਦੇ 15 ਮਿੰਟ ਲੱਗ ਜਾਣੀ, ਬਸ ਚਲੋ ਫੁਲਾ ਦੇ ਯਾਰ, ਆਹ ਤਾਂ ਬਹੁਤ ਟਾਈਮ ਲਾਤਾ ਵੀ, ਆਹ ਕਿਹਦੀ ਆ ਗਈ, ਇਹ ਇਨੋਵਾ ਨਹੀਂ ਗਈ ਹਾਈਬ੍ਰਿਡ, ਅਰੇ ਇਹ ਉਹ ਆ ਯਾਰ, ਅੱਡ ਅੱਡ ਤੇਰੀ ਸਾਡਾ ਬੱਕਰਾ ਤਿਆਰ ਹੋ ਗਿਆ ਬਈ, ਆਹ ਜਵਾਹ ਛੇਤੀ ਭੱਜ ਕੇ ਵੇ, ਉਹ ਭੱਜ ਗਿਆ ਤੁਹਾਡੀ ਦੇਖਣਾ ਪਊਗਾ ਬਲਬ, ਦੇਖਾਂਗੇ ਕੋਈ ਨੀ, ਕੋਈ ਨੀ ਦੇਖ ਲੈਂਦੇ ਆ, ਉਹ ਹੈ ਤਾਂ ਪੱਖੇ ਦੀ ਆ, ਮੈਨੂੰ ਆਪ ਹੀ ਲੱਗਣ ਡਿਆ ਯਾਰ ਬਲਬ ਨਾ ਫੁੱਕਿਆ ਹੋਵੇ, ਕੋਈ ਨੀ ਦੇਖਦੇ ਹੁਣ, ਟੈਨਸ਼ਨ ਡੋਂਟ ਵਰੀ, ਲਓ ਵੀ ਅੰਡਾ ਆ ਗਿਆ ਬੱਕਰਾ, ਇੱਥੇ ਅਸੀਂ ਦੋ ਜਣੇ ਪਹੁੰਚ ਗਏ ਅਤੇ ਦੋ ਹੁੰਦੇ ਹੋਰ ਆਉਂਦੇ ਆ ਸਾਡੇ, ਦੋ ਅਤੇ ਇੱਕ ਅੰਸ਼ੂ ਤਾਂ ਹੈ ਨਾ ਵੈਜੀਟੇਰੀਅਨ ਆ, ਇੱਧਰ ਆ ਜਾ ਬੰਗਲੇ 'ਚ, ਚਲੋ ਵੀ ਹੁਣ ਇੱਕ ਵਾਰ ਅਸੀਂ ਬੱਲਬ ਬੁੱਲਬ ਜਗਾਵਾਂ, ਮੈਂ ਚੜ੍ਹ ਲਿਆ, ਫਿਰ ਮਿਲਦੇ ਹਾਂ, ਦੇਖੋ ਵੀ ਬੱਕਰਾ ਘੈਂਟ ਚੈੱਕ ਕਰ ਲਏ, ਹਾਂ ਦੇਖ ਚੱਲੀ ਜਾਂਦਾ ਇਹਦੇ ਤੋਰੀ ਗ੍ਰੇਵੀ ਕਿੰਨੀ ਘੈਂਟ, ਹੈ ਨਾ, ਅੱਜ ਕਿੰਨੇ ਚਿਰ ਬਾਅਦ ਬਣਾਇਆ ਆਪਾਂ ਉਦੋਂ ਇੱਥੇ, ਦੀਵਾਲੀ ਤੋਂ ਬਾਅਦ ਦੋ ਮਹੀਨੇ ਹੋਏ, ਹਾਂ ਨਹੀਂ ਯਾਰ ਮਹੀਨਾ, ਹਾਂ ਦੀਵਾਲੀ ਤੋਂ ਬਾਅਦ, ਨਵੰਬਰ ਇੱਕ ਮਹੀਨਾ ਹੋ ਗਿਆ ਪੂਰਾ, ਦੀਵਾਲੀ ਕਦੋਂ ਸੀ, ਕਿਉਂ ਮਹੀਨਾ ਹੀ ਹੋਇਆ, ਨਵੰਬਰ ਤੇ ਸੀ 12 ਨਵੰਬਰ ਦੀ ਵਾਲੀ ਸੀ, 16 ਦੀ ਹੈ ਨਾ, ਦੋ ਡੇਢ ਮਹੀਨਾ ਹੋ ਗਿਆ, ਹਾਂ ਪੌਣੇ ਦੋ ਮਹੀਨੇ, ਉਦੋਂ ਇੱਥੇ ਬੈਠੇ ਸੀ, ਉਦੋਂ ਖਾਧਾ ਸੀ, ਉਦੋਂ ਮੁਰ ਗਿਆ ਸੀ ਹੈ ਨਾ, ਅੱਜ ਫਿਰ ਬੱਕਰਾ ਘੈਂਟ ਬਣਿਆ ਵੈਸੇ, ਅਤੇ ਮੈਂ ਕਿਹਾ ਇੱਕ ਵਾਰ ਚੈੱਕ ਖਾਣ ਤੋਂ ਪਹਿਲਾਂ ਇੱਕ ਵਾਰ ਸ਼ੂਟ ਲੈ ਲਈਏ, ਤੁਹਾਨੂੰ ਵੀ ਦਿਖਾ ਦਈਏ, ਤੁਸੀਂ ਵੀ ਜਦੋਂ ਬਲੌਗ ਦੇਖੋ ਤੁਹਾਡੇ ਮੂੰਹ 'ਚ ਵੀ ਜਿਹੜਾ ਜਿਹੜਾ ਖਾਂਦਾ ਉਹ ਪਾਣੀ ਆਊ, ਕਿੰਨੀ ਘੈਂਟ ਗ੍ਰੇਵੀ, ਸਵੇਰੇ ਸਵੇਰੇ ਦੇਖਣਗੇ ਖਾਣੇ ਉਹ ਤੁਹਾਡੀ, ਹੈ ਨਾ, ਜਿਵੇਂ ਸਤਨਾਮ ਕੀ ਕਹਿੰਦਾ, ਸਤਨਾਮ ਨੇ ਹੋਰ ਕੋਈ ਕਿਹਾ ਹੋਣਾ, ਬਣਾਇਆ ਉਧਰ ਇਧਰ ਸਾਡੀ ਜਗ੍ਹਾ ਪੱਕੀ ਆ, ਖਾਣਾ ਉਹ ਜਿੱਥੇ ਮਰਜ਼ੀ ਬਣੇ, ਖਾਣਾ ਇੱਥੇ ਆ, ਮੇਜ਼ ਸਾਡਾ ਇੱਥੇ ਹੀ ਸਜਣਾ ਆ ਕੇ ਬੰਗਲੇ 'ਚ, ਮਹਿਫਲ ਕੋਈ ਫਾਇਦਾ ਨੀ, ਘੈਂਟ ਬਣਿਆ ਨਾ ਯਾਰ, ਮੈਂ ਕਲੇਜੀ ਨਹੀਂ ਖਾਂਦਾ, ਲੈਣੀ ਕਿਸੇ ਨੇ, ਚਲੋ ਵੀ ਮੈਂ ਵੀ ਟੇਸਟ ਕਰ ਆਪਾਂ ਬਦਨਾਮ ਕਰੀਏ ਤਾਂ ਗਿਆਨੀ ਬੰਦਾ, ਤੂੰ ਆ ਕੇ ਰੁਦਰਪੁਰੋਂ ਦੇਖ ਕੇ ਸਲਾਰ ਪਾੜਦਾ ਮੱਛੀ, ਦੇਖਲਾ ਫੋਨ ਕੀਤਾ ਉਹਦਾ ਹੀ, ਮੈਂ ਤਾਂ ਕਿਹਾ ਗੁਰਮਨ ਨਾ KFC ਕੁਸੀ ਖਾ ਕੇ ਆਇਆ, ਬਰਗਰ ਕਿੰਗ ਨਹੀਂ ਆਊਗਾ, ਮੇਰਾ ਉੱਡਿਆ ਮੱਛੀ ਪਲੱਸ ਮਿੱਠਾ, ਮਿੱਠਾ ਪਲੱਸ ਬੱਕਰਾ, ਬੱਕਰਾ ਪਲੱਸ ਗੁੜ, ਅਤੇ ਬਾਕੀ ਲਓ ਵੀ ਆ ਗਿਆ ਕੰਡੇ 'ਤੇ, ਧੁੰਦ ਦੇਖੋ ਯਾਰ, ਅੱਜ ਤਾਂ ਕੰਡਾ ਵੀ ਨਹੀਂ ਦੇਖ ਰਿਹਾ, ਇਹ ਸਾਡਾ ਅੱਡਾ, ਉਹ ਲਾਓ ਤਿੱਲੀ ਕਾਰੀ ਗੱਠ ਨਹੀਂ, ਸਾਰੀ ਗੱਠ ਆਈ ਤਿੰਨ ਚਾਰ ਦਿਨ।
ਬਾਸ ਆ ਕੌਣ ਆ ਰਿਹਾ ਕੋਈ ਨਹੀਂ ਓਹੋ ਖਾ ਕੇ ਬੱਕਰਾ ਸਾਲੇ ਟੈਲਣ ਆਏ ਦੇਖ ਚੱਲਾ ਚੱਲ ਆਪਣੇ ਮੁਹੱਲੇ ਵਾਲੇ ਬੰਦੇ ਚੱਲਾ ਆਪਣੇ ਇੱਧਰ ਜਿੰਨੇ ਸਾਰੇ ਇੱਕੋ ਮੁਹੱਲੇ ਦੇ ਆ ਸੀ ਬਈ ਓਏ ਨਹੀਂ ਅਸੀਂ ਸਾਰੇ ਇੱਕੋ ਮੁਹੱਲੇ ਦੇ ਆ ਤੇਰੀ ਸਾਲਿਆ ਤੇਰਾ ਮੂੰਹ ਦੇਖੀ ਕਿਵੇਂ ਆਇਆ ਓ ਇਹ ਗੱਲ ਆ ਸਨੀ ਚੱਲਿਆ ਤਾਂ ਗਿਆ ਲੰਡਨ ਸਨੀ ਸੱਚੀ ਸੱਚੀ ਦੱਸੀ ਜੀ ਤਾਂ ਕਰਦਾ ਨਾ ਹੋਰ ਕੀ ਲੰਡਨ ਹੀ ਗਿਆ ਲੰਡਨ ਓਏ ਇਹ ਤਾਂ ਮੈਂ ਦੇਖ ਲਿਆ ਹਿਸਾਬ ਇਹ ਤਾਂ ਉਹੀ ਆ ਸੋਚ ਹੀ ਉੱਥੇ ਆ ਕੋਟ ਪੈਂਟ ਚੱਲ ਆਪਾਂ ਗਲਤ ਨਹੀਂ ਨਹੀਂ ਉਹ ਤਾਂ ਕੁਛ ਨੀ ਆਪਾਂ ਮਨਦੀਪ ਵੀਰੇ ਕੋਲ ਗਿਆ ਸੀ ਪਹਿਲਾਂ ਮੈਂ ਸੋਚਦਾ ਕੈਨੇਡਾ ਵਾਲਾ ਮਨਦੀਪ ਫਿਰ ਮੈਂ ਚਾਹ ਵਾਲਾ ਮਨਦੀਪ ਆ ਤੇ ਚਲੋ ਅੱਜ ਦਾ ਵਲੋਗ ਆਪਣਾ ਇੱਥੇ ਤੱਕ ਹੀ ਸੀ ਹਨਾ ਤੇ ਆਈ ਦੱਬੀ ਰੱਖੋ ਕੰਮ ਹਨਾ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਲਾਈਕ ਦੱਬੀ ਰੱਖੋ ਕੰਮ ਆਈ ਹਨਾ ਜਿਵੇਂ ਸਪੋਰਟ ਕਰਦੇ ਹਾਂ ਵਧੀਆ ਤੁਹਾਡੇ ਵਾਸਤੇ ਬਸ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਵਲੋਗ ਵਧੀਆ ਵਧੀਆ ਚਲੋ ਅੱਜ ਦਾ ਵਲੋਗ ਸੀ ਆਪਣਾ ਇੱਥੇ ਤੱਕ ਹੀ ਟੈਲ ਦੈਨ ਬਾਏ ਬਾਏ।